ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 14 ਮਾਰਚ ਨੂੰ ਦਿੱਲੀ ਦੇ ਆਮ ਲੀਲਾ ਗਰਾਊਂਡ ਦੇ ਵਿੱਚ ਇੱਕ ਮਹਾ ਪੰਚਾਇਦਾ ਆਯੋਜਨ ਕੀਤਾ ਜਾਣਾ ਪਰ ਜੇਕਰ ਗੱਲ ਕੀਤੀ ਆ ਵੀ ਤਾਂ ਉਸ ਤੋਂ ਪਹਿਲਾਂ ਸੰਗਰੂਰ ਦੇ ਧੂਰੀ ਜੰਕਸ਼ਨ ਰੇਲਵੇ ਜੰਕਸ਼ਨ ਦੇ ਉੱਤੇ ਖੜੇ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਨਵੰਦੇ ਅਤੇ ਵਰਕਰ ਇੱਥੇ ਵੱਡੀ ਗਿਣਤੀ ਦੇ ਵਿੱਚ ਮੌਜੂਦ ਨੇ ਦੱਸਿਆ ਯਾਰ ਕਿ 2:00 ਵਜੇ ਦਾ ਸਮਾਂ ਟ੍ਰੇਨ ਦਾ ਅਤੇ ਉਸ ਟ੍ਰੇਨ ਦੇ ਉੱਤੇ ਦਿੱਲੀ ਜਾਣਾ ਅਤੇ ਕੱਲ ਨੂੰ ਜੋ ਮਹਾ ਪੰਚਾਇਤ ਹੋਣ ਜਾ ਰਹੀ ਆ ਆਗੂ ਵੀ ਖੜੇ ਨੇ ਆਗੂਆਂ ਨਾਲ ਗੱਲ ਕਰ ਲੈਨੇ ਆ ਕੀ ਨਾਮ ਹੈ ਸਰ ਹਾਂ ਭਾਈ ਜੀ ਮੇਰਾ ਨਾਮ ਭਪਿੰਦਰ ਸਿੰਘ ਲੋਂਗਵਾਲ ਸੂਬਾ ਆਗੂ ਕੀਰਤੀ ਕਿਸਾਨ ਯੂਨੀਅਨ ਭਪਿੰਦਰ ਜੀ ਤਿਆਰੀਆਂ ਮੁਕੰਮਲ ਨੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪਿੰਡ ਪਿੰਡ ਜਾ ਕੇ ਲਾਮਬੰਦ ਵੀ ਕੀਤਾ ਅਤੇ ਅੱਜ ਚਾਲੇ ਪਾਏ ਜਾ ਰਹੇ ਨੇ ਬਿਲਕੁਲ ਜੀ ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ 14 ਮਾਰਚ ਨੂੰ ਦਿੱਲੀ ਦੇ ਰਾਮ ਰਿਲਾ ਗਰਾਊਂਡ 'ਚ ਕਿਸਾਨ ਮਜ਼ਦੂਰ ਮਹਾਪੰਚਾਇਤ ਕਰਨ ਦਾ ਸੱਦਾ ਦਿੱਤਾ ਗਿਆ ਸੀ ਉਹਦੀਆਂ ਪਿੰਡ-ਪਿੰਡ ਤਿਆਰੀਆਂ ਕਰਕੇ ਆਏ ਆ ਤੇ ਅੱਜ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਇੱਥੇ ਧੂਰੀ ਰੇਲਵੇ ਸਟੇਸ਼ਨ ਤੇ ਖੜੇ ਆ ਔਰ ਅਸੀਂ ਹੁਣ ਬਾਈ ਟ੍ਰੇਨ ਜਿਹੜਾ ਦਿੱਲੀ ਵੱਲ ਚੱਲੇ ਪਾਵਾਂਗੇ ਭਵਿੰਦਰ ਜੀ ਗੱਲ ਕੀਤੀ ਆ ਵੀ ਬਾਈ ਟ੍ਰੇਨ ਜਾ ਰਹੇ ਹਾਂ ਰਹਿਣ ਦੀ ਵਿਵਸਥਾ ਕੀ ਹੈ ਤੇ ਕੱਲ ਤੱਕ ਕੀ ਸ਼ਡਿਊਲ ਹੋ ਰਹਿਣ ਵਾਲਾ ਆ ਦੇਖੋ ਸਾਡਾ ਇੱਕ ਦਿਨ ਦਾ ਪ੍ਰੋਗਰਾਮ ਹੈ ਜੀ ਰਹਿਣ ਲਈ ਉੱਥੇ ਗੁਰੂ ਘਰ ਦੇ ਵਿੱਚ ਸ੍ਰੀ ਬੰਗਲਾ ਸਾਹਿਬ ਜਾਂ ਰਕਾਬਗਨ ਸਾਹਿਬ ਸੀਸਗਨ ਸਾਹਿਬ ਹੋਰ ਜਿਹੜੇ ਸਾਡੇ ਗੁਰੂ ਘਰ ਹੈਗੇ ਆ ਉੱਥੇ ਅਸੀਂ ਰੁਕਾਂਗੇ ਸਟੇਸ਼ਨ ਤੇ ਵੀ ਕੁਝ ਕਿਸਾਨ ਰੁਕਣਗੇ ਵੱਖ-ਵੱਖ ਥਾਂ ਤੇ ਰੁਕਣਗੇ ਕੱਲ ਨੂੰ ਸਵੇਰੇ ਰਾਮਰੇਲਾ ਗਰਾਊਂਡ ਦੇ ਵਿੱਚ 11 ਤੋਂ 3 ਵਜੇ ਤੱਕ ਜਿਹੜੀ ਕਿਸਾਨ ਮਹਾਪੰਚਾਇਤ ਹੋਣੀ ਹੈ ਪੂਰਾ ਇਹ ਪੀਸਫੁਲੀ ਪ੍ਰੋਗਰਾਮ ਹੈ ਇੱਕ ਦਿਨ ਦਾ ਪ੍ਰੋਗਰਾਮ ਹੈ ਇਹਦੇ ਚ ਕਿਸਾਨਾਂ ਦੀਆਂ ਜਿਹੜੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੇ ਉਹਦੇ ਚ ਮੁੱਖ ਤੌਰ ਤੇ ਸ਼ਾਮਲ ਨੇ ਕਿ ਜੋ ਪਿਛਲੇ ਅੰਦੋਲਨ ਸਮੇਂ ਐਮਐਸਪੀ ਦਾ ਵਾਅਦਾ ਕੀਤਾ ਗਿਆ ਸੀ ਉਸ ਸੰਬੰਧੀ ਕਮੇਟੀ ਦਾ ਗਠਨ ਕਰਨ ਦਾ ਜਿਹੜਾ ਵਾਅਦਾ ਕੀਤਾ ਸੀਗਾ ਉਸ ਨੂੰ ਪੂਰਾ ਕੀਤਾ ਜਾਵੇ ਔਰ ਇਹਦੇ ਨਾਲ ਦੀ ਨਾਲ ਕਿਸਾਨਾਂ ਮਜ਼ਦੂਰਾਂ ਦੀ 10000 ਰੁਪਏ ਜਿਹੜਾ ਪ੍ਰਤੀ ਮਹੀਨਾ ਪੈਨਸ਼ਨ ਹੈ ਉਹ ਤੈਅ ਕੀਤੀ ਜਾਵੇ ਸਾਰੀਆਂ ਫਸਲਾਂ ਦਾ ਏਕੜ ਨੂੰ ਜਿਹੜਾ ਆਧਾਰ ਮੰਨ ਕੇ ਉਹ ਬੀਮਾ ਕੀਤਾ ਜਾਵੇ ਬਿਲਕੁਲ ਭਪਿੰਦਰ ਦਾ ਕਹਿਣਾ ਕਿ ਕੱਲ ਨੂੰ ਇੱਕ ਮਹਾ ਪੰਚਾਇਤ ਦਾ ਆਯੋਜਨ ਕੀਤਾ ਜਾਣਾ ਜਿਸ ਤੋਂ ਪਹਿਲਾਂ ਪੰਜਾਬ ਭਰ ਦੇ ਜੋ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਚਾਹੇ ਉਹ ਰੇਲਵੇ ਰੇਲਾਂ ਰਾਹੀਂ ਜਾਣ ਚਾਹੇ ਬੱਸਾਂ ਰਾਹੀਂ ਜਾਣ ਉਹ ਦਿੱਲੀ ਪਹੁੰਚਣੇ ਸ਼ੁਰੂ ਹੋ ਗਏ ਨੇ ਸਾਡੇ ਨਾਲ ਹੋਰ ਵੀ ਆਗੂ ਮੌਜੂਦ ਨੇ ਕਿਹਨਾ ਮਸਰ ਹਾਂਜੀ ਕਪਾਲ ਕਰੇਸ਼ਨ ਜੀ ਬਲਾਕ ਜਾਂਚੀ ਭਾਰਤੀ ਸਾਨੂੰ ਇੱਕ ਟਡਕਾਉਂਦਾ ਬਰਨਾਲਾ ਹਾਂਜੀ ਅੱਜ ਕੱਲ ਮਹਾਪੰਚਾਇਤਾਂ ਅੱਜ ਅਸੀਂ ਹੁਣ ਧੂਰੀ ਰੇਲਵੇ ਸਟੇਸ਼ਨ ਤੋਂ ਦਿੱਲੀ ਨੂੰ ਰਵਾਨਾ ਹੋਣ ਵਾਲੀਆਂ ਗੱਡੀ ਆਉਣ ਵਾਲੀ ਆ ਉਸ ਦੇ ਵਿੱਚ ਸਾਰੀਆਂ ਹੀ ਜਿਹੜੀਆਂ ਇੰਡੀਆ ਲੈਵਲ ਤੇ ਸਾਰੀਆਂ ਜਥੇਬੰਦੀਆਂ ਨੇ ਉੱਥੇ ਪਹੁੰਚਣੀਆਂ ਦਿੱਲੀ ਵਿੱਚ ਉੱਥੇ ਜਾ ਕੇ ਅਸੀਂ ਜੋ ਚਜੁਗਤ ਮੋਰਚੇ ਦਾ ਸੱਦਾ ਹੋਊਗਾ ਉਸ ਦੇ ਆਧਾਰ ਤੇ ਜਿਹੜੀਆਂ ਮੰਗਾਂ ਨੇ ਉਹ ਮੰਨਾਂਗੇ ਬਾਕੀ ਇਹ ਬਿਲਕੁਲ ਵਕ ਵਕ ਆਗੂਆਂ ਦਾ ਕਹਿਣਾ ਕਿ ਕੱਲ ਦਿੱਲੀ ਦੇ ਵਿੱਚ ਮਹਾ ਪੰਚਾਇਤ ਹੋਣ ਜਾ ਰਹੀ ਆ ਪਰ ਉਸ ਦੇ ਨਾਲ ਕਿ ਆਕਿਆ ਜਾ ਰਿਹਾ ਕਿ ਕੇਂਦਰ ਸਰਕਾਰ ਇਸ ਮਹਾ ਪੰਚਾਇਤ ਨਾਲ ਜੋ ਉਹਨਾਂ ਦੀਆਂ ਮੰਗਾਂ ਨੇ ਉਹ ਮੰਨ ਲੇਤੀ ਜਾਵੇਗੀ ਪਰ ਉੱਥੇ ਹੀ ਕੁਝ ਆਗੂਆਂ ਦਾ ਕਹਿਣਾ ਕਿ ਜੇਕਰ ਕੇਂਦਰ ਸਰਕਾਰ ਚਾਹੇ ਉਹ ਦਿੱਲੀ ਦੇ ਵਿੱਚ ਭਾਜਪਾ ਦੀ ਫਿਰ ਤੋਂ ਸਰਕਾਰ ਆਵੇ ਚਾਹੇ ਕਾਂਗਰਸ ਦੀ ਆਵੇ ਜੋ ਉਹਨਾਂ ਦੀਆਂ ਹੱਕੀ ਮੰਗਾਂ ਨੇ ਉਹਨਾਂ ਨੂੰ ਮਨਾ ਕੇ ਹੀ ਦਮ ਲਵਾਂਗੇ ਕੈਮਰਾਮੈਨ ਮਹਿੰਦਰ ਨਾਲ ਹਰਜੀਤ ਸਿੰਘ ਸਿੱਧੂ ਤੂਰੀ ਜੰਕਸ਼ਨ ਸੰਗਰੂ